ਗੁਰ ਤੇਗ ਬਹਾਦਰ ਸੇਬ ਚੀ ਦਾ ਨਾਮ ਲੈਂਦਿਆ ਹੀ ਜ਼ਿਹਨ ਦੇ ਵਿੱਚ ਉਹਨਾਂ ਦਾ ਐਸਾ ਅਕਸ ਪ੍ਰਗਟ ਹੁੰਦਾ ਏ ਜਿਹੜੇ ਮਹਾਨ ਸਤਗੁਰੂ ਮਹਾਂਤ ਪਸਵੀ ਕੁਰਬਾਨੀ ਦੇ ਮੂਜਸਮੇ ਅਤੇ ਮਹਾਨ ਬਖਸ਼ੰਦ ਉਹ ਤਿਆਗੀ ਹੁੰਦਿਆਂ ਹੋਇਆਂ ਤੇਗ ਬਹਾਦਰ ਨੇ ਤੇਗ ਬਹਾਦਰ ਹੁੰਦਿਆਂ ਉਹ ਪੁੱਤਰਾਂ ਤੇ ਦਾਨੀ ਨੇ ਉਹ ਪੁੱਤਰਾਂ ਦੇ ਦਾਨੀ ਤੇ ਦਿਆਲੂ ਪ੍ਰੀਤਮ ਹੁੰਦਿਆਂ ਹੋਇਆਂ ਉਹ ਤਾਂ ਜਿਸ ਦੀ ਬਾਹ ਫੜ ਲੈਂਦੇ ਨੇ ਨਾ ਕੀਤੇ ਇਕਰਾਰ ਨੂੰ ਨਿਭਾਉਣ ਦੇ ਲਈ ਆਪਣੀ ਜਾਨ ਵੀ ਦੇਣੀ ਪੈ ਗਈ ਤਾਂ ਵੀ ਸੀ ਨਹੀਂ ਕਰਨ ਵਾਲੇ ਗੁਰੂ ਤੇਗ ਬਹਾਦਰ ਸਿਖੀ ਪਾਤਸ਼ਾਹ ਦੁਨੀਆਂ ਦੇ ਇੱਕੋ ਇੱਕ ਐਸੇ ਨਿਵੇਕਲੇ ਸ਼ਹੀਦ ਨੇ ਜਿਹੜੇ ਕਿ ਸ਼ਹੀਦ ਦਾਦਾ ਦੇ ਸ਼ਹੀਦ ਪੋਤਾ ਤੇ ਸ਼ਹੀਦ ਪੋਤਰਿਆਂ ਦੇ ਸ਼ਹੀਦ ਦਾਦਾ ਨੇ ਐਸੀ ਮਿਸਾਲ ਕਿਧਰੇ ਨਹੀਂ ਮਿਲਦੀ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੁਆਰਾ ਪ੍ਰਗਟ ਹੋਈ ਮਕਤੂਲ ਆਪ ਚੱਲ ਕੇ ਕਾਤਲ ਦੇ ਘਰ ਕਤਲ ਹੋਣ ਲਈ ਗਏ ਤੇ ਫਿਰ ਦੁਨੀਆ ਦਾ ਇੱਕੋ ਇੱਕ ਐਸਾ ਨਵੇਕਲਾ ਸ਼ਹੀਦ ਕਿ ਜਿੰਨਾ ਦੇ ਸਰੀਰ ਦੇ ਅੰਤਮ ਸੰਸਕਾਰ ਅਲੱਗ-ਅਲੱਗ ਦੋ ਥਾਵਾਂ ਤੇ ਹੋਏ ਤੇ ਦੋਨਾਂ ਦੇ ਵਿੱਚ ਡਿਸਟੈਂਸ ਸੈਂਕੜੇ ਮੀਲਾਂ ਦਾ ਇਨੇ ਸਰਵਸ਼ਕਤੀ ਮਾਨਸਨ ਗੁਰਤੇਗ ਬਹਾਦਰ ਸਾਹਿਬ ਕੇ ਖੁਦ ਆਪ ਪਰਮੇਸ਼ਰ ਦਾ ਰੂਪ ਸੱਚੇ ਸਤਗੁਰੂ ਗੁਰੂ ਪੁੱਤਰ ਸਨ ਗੁਰੂ ਦੇ ਪੋਤੇ ਸਨ ਗੁਰੂ ਦੇ ਪਰਪੋਤੇ ਸਨ ਆਪ ਗੁਰੂ ਤਾਂ ਹੋਈ ਬਲ ਕੇ ਗੁਰੂ ਦੇ ਪਿਤਾ ਵੀ ਸਨ ਹਾਲਾਂਕਿ ਕਰਤਾਰਪੁਰ ਦੇ ਜੰਗ ਦੇ ਵਿੱਚ ਤਲਵਾਰ ਦੇ ਇਤਨੇ ਜ਼ੋਰ ਦਿਖਾਏ ਕੇ ਪਿਤਾ ਸਤਗੁਰੂ ਛੇਵੇਂ ਪਾਤਸ਼ਾਹ ਜੀ ਨੇ ਤਿਆਗ ਮਲ ਤੋਂ ਨਾਮ ਬਦਲ ਕੇ ਖਿਤਾਬ ਹੀ ਤੇਗ ਬਹਾਦਰ ਦਾ ਦੇ ਕੇ ਨਾਮ ਬਣਾ ਦਿੱਤਾ ਤੇਗ ਬਹਾਦਰ ਸਾਹਿਬ ਤੇਗ ਦੇ ਬਹਾਦਰ ਆਪ ਖੁਦ ਅਨੰਦਪੁਰ ਸਾਹਿਬ ਤੋਂ ਦਿੱਲੀ ਦੀ ਯਾਤਰਾ ਕਰਦਿਆਂ ਹੋਇਆਂ ਕਾਤਲ ਦੇ ਘਰ ਚੱਲ ਕੇ ਗਏ ਚਾਂਦਨੀ ਚੌਕ ਦੇ ਵਿੱਚ ਸਾਕਾ ਚ ਬੀਤਿਆ ਜੋ ਵਰਤਿਆ ਸਾਕਾ ਉਸ ਦੀ ਬਾਬਤ ਹੀ ਤਾਂ ਸਾਹਿਬ ਕਲਗੀ ਤਾਰ ਜੀ ਦੇ ਬਚਨ ਆਉਂਦੇ ਨੇ ਠੀਕਰ ਫੋਰ ਦਲੀਸ ਸਿਰ ਦਲੀ ਦੇ ਸਿਰ ਤੇ ਸਰੀਰ ਨੂੰ ਪੀਠੇ ਕਰਾ ਪਨ ਕੇ ਸਾਹਿਬ ਨੇ ਠੀਕਰ ਫੋਰ ਦਲੀਸ ਸਿਰ ਪ੍ਰਪੁਰਕਿਓ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹੂ ਆਣ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਹੈ 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 ਸਭ ਜਗ ਭਇਓ ਜੈ 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 ਸਿਰ ਲੋਕ ਤਾਂ ਹੀ ਤਾਂ ਆਖਿਆ ਜਾਂਦਾ ਏ ਤੀਗ ਬਹਾਦਰ ਸਿਮਰਿਆਂ ਘਰ ਨਾਉ ਨਹੀਂ ਦਿਆ ਵੈਤਾਏ ਸਭ ਥਾਈ ਹੋਏ ਸਹਾਇ